ਸੁਜਾਨਪੁਰ ਦੇ ਗੁਗਰਾ ਬੇਦੀ ਰੋਡ ਤੇ ਲੋਡਿਡ ਵਾਹਨਾਂ ਨੂੰ ਰੋਕਣ ਲਈ ਨੈਸ਼ਨਲ ਹਾਈਵੇ ਰੋਡ ਜਾਮ ਕੀਤਾ ਗਿਆ। ਇਸ ਮੌਕੇ ਸਾਬਕਾ ਵਿਧਾਇਕ ਦਿਨੇਸ਼ ਸਿੰਘ ਬੱਬੂ, ਭਾਜਪਾ ਕੌਂਸਲਰ ਰਾਜ ਕੁਮਾਰ ਗੁਪਤਾ ਤੇ ਕੌਂਸਲਰ ਰਿਤੂ ਬਾਲਾ ਦੇ ਪਤੀ ਅਮਰੀਕ ਨੇ ਦੱਸਿਆ ਕਿ ਲੰਘਣ ਕਾਰਨ ਉਕਤ ਸੜਕ ਤੇ ਲੋਡ ਕੀਤੇ ਵਾਹਨਾਂ ਦੀ ਸੜਕ ਕੱਚੀ ਹੋ ਸਕਦੀ ਹੈ। ਉਸਨੇ ਦੱਸਿਆ ਕਿ 14 ਅਗਸਤ ਦੀ ਰਾਤ ਨੂੰ ਵੀ ਇੱਥੇ ਲੋਡਿਡ ਵਾਹਨਾਂ ਦਾ ਜਾਮ ਲੱਗਾ ਹੋਇਆ ਸੀ, ਜਿਸ ਤੇ ਉਹਨਾਂ ਨੇ ਜਾਮ ਨੂੰ ਦੂਰ ਕਰਵਾਇਆ ਅਤੇ ਉਸੇ ਰਾਤ ਸੁਜਾਨਪੁਰ ਥਾਣੇ ਦਾ ASI ਕੁਝ ਬਾਉਂਸਰਾਂ ਨਾਲ ਅਮਰੀਕ ਦੇ ਘਰ ਆਇਆ ਅਤੇ ਉਸ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਏ ਅਤੇ ਫਿਰ ਰਾਤ ਨੂੰ 1 ਵਜੇ ਉਸਨੂੰ ਛੱਡ ਕੇ ਚਲੇ ਗਏ। ਜਿਸ ਸੰਬੰਧੀ ਉਹਨਾਂ ਨੇ SSP ਸਾਹਿਬ ਨੂੰ ਇਸ ਸੰਬੰਧੀ ਕਾਰਵਾਈ ਕਰਨ ਦੀ ਅਪੀਲ ਕੀਤੀ ਸੀ ਕਿ ਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ। ਸੁਜਾਨਪੁਰ ਤੋਂ ਲਾਈਵ ਪੰਜਾਬ ਨਿਊਜ਼ ਦੇ ਪੱਤਰਕਾਰ ਅਜੇ ਕੁਮਾਰ ਦੀ ਵਿਸ਼ੇਸ਼ ਰਿਪੋਰਟ। ਕਿ ਜਿਹੜਾ ਧਰਨਾ ਸੀਗਾ, ਪਬਲਿਕ ਦਾ ਗਰੀਵੀਅੰਸ ਸੀਗਾ ਕਿ ਰੋਡ 'ਤੇ ਰਾਤ ਦੇ ਟਾਈਮ ਟ੍ਰੈਫਿਕ ਚੱਲਦੀ ਹੈ। ਇਹਨਾਂ ਦਾ ਸੀਗਾ ਕਿ ਰਾਤ ਦੇ ਵੇਲੇ ਵੀ ਜਿਹੜੀ ਟ੍ਰੈਫਿਕ ਹੈ, ਰਾਤ ਵੇਲੇ ਵੀ ਨਾ ਚੱਲੇ, ਰਾਤ ਨੂੰ ਵੀ ਬੰਦ ਕਰਾਓ। ਸੋ ਆਪਾਂ ਸੁਆਸ਼ਨ ਦਿੱਤਾ ਇਹਨਾਂ ਨੂੰ ਕਿ ਚਲੋ ਰਾਤ ਦੇ ਵੇਲੇ ਵੀ ਜਿਹੜੀ ਇੱਥੇ ਇਸ ਰੋਡ ਨੂੰ ਬੰਦ ਕਰ ਦਾਂਗੇ, ਰਾਤ ਦੇ ਵੇਲੇ ਵੀ ਇੱਥੇ ਕੋਈ ਵੀ ਟਿੱਪਰਾਂ ਦੀ ਆਵਾਜਾਈ ਜਿਹੜੀ ਉਹ ਬੰਦ ਕੀਤੀ ਜਾਊਗੀ। ਬਾਕੀ ਇੱਕ ਇਹਨਾਂ ਦੀ ਕੰਪਲੇਂਟ ਹੈ, ਇਹਨਾਂ ਨੇ ਸਾਡੇ 1 ASI ਦੇ ਖਿਲਾਫ਼ ਇੱਕ ਕੰਪਲੇਂਟ ਦਿੱਤੀ ਵੀ ਹੈ, ਉਹਦੇ ਲਈ ਇਹਨਾਂ ਨੂੰ ਕੱਲ੍ਹ 10 ਵਜੇ ਦਾ ਟਾਈਮ ਦੇ ਦਿੱਤਾ। ਉਹਦੇ 'ਚ ਜੋ ਵੀ ਚੀਜ਼ ਸਾਹਮਣੇ ਆਈ ਉਹਦੇ ਅਕੋਰਡਿੰਗ ਜੀ ਆਪਾਂ ਕਾਰਵਾਈ ਕਰਾਂਗੇ। ਜੀ ਟਿੱਪਰਾਂ ਆਪਾਂ ਬੰਦ ਕਰਤੀਆਂ ਹੁਣ, ਹਾਂ ਰੈਗੂਲਰ ਬੰਦ ਕਰਤੀਆਂ। ਇਹਦੇ 'ਚ ਦੇਖਾਂਗੇ ਕੀ ਲੀਗਲੈਲਿਟੀ ਕੀ ਹੈ, ਕਿਉਂਕਿ ਇਹ ਰੋਡ ਆ, ਕੋਈ ਵੀ ਰੋਡ ਨੂੰ ਆਪਾਂ ਜੇ ਬੰਦ ਕਰਨਾ ਉਹਨੂੰ ਪ੍ਰੋਪਰ ਚੈਨਲ ਰਾਹੀਂ ਬੰਦ ਕਰਨਾ ਪੈਂਦਾ। ਸੋ ਐਜ਼ ਆਫ ਨਾਓ ਪਬਲਿਕ ਦੇ ਗਰੀਵੀਅੰਸ ਕਰਕੇ ਅਸੀਂ ਇਹਨੂੰ ਬੰਦ ਕਰ ਰਹੇ ਹਾਂ, ਫਰਦਰ ਆਪਾਂ ਇਹਦੇ 'ਚ ਦੇਖ ਲਾਂਗੇ ਕੀ ਹੁੰਦਾ। ਮੰਡੀ ਬੋਰਡ ਦਾ ਲੈਟਰ ਵੀ ਸਾਹਮਣੇ ਆਇਆ ਸੀਗਾ ਜਿਹਦੇ ਵਿੱਚ ਮੰਡੀ ਬੋਰਡ ਨੇ ਲਿਖਿਆ ਜਿਸ ਹਿਸਾਬ ਨਾਲ ਕਿ ਰੋਡ ਬਿਲਕੁਲ ਸਹੀ ਨਹੀਂ। ਮੇਰੇ ਕੋਲ ਲੈਟਰ ਨਹੀਂ ਰਿਸੀਵ ਹੋਇਆ ਕੋਈ। ਦੇਖੋ ਗੱਲ ਇਹ ਹੈ ਕਿ ਇੱਕ ਤਾਂ ਇਲੀਗਲ ਮਾਈਨਿੰਗ ਹੋਈ ਕਰਦੀ ਹੈ, ਦੂਸਰੀ ਹੈ ਕਿ ਜੇ ਉਧਰੋਂ ਕੋਈ ਰਸਤਾ ਬੰਦ ਹੈ ਤਾਂ ਪਿੰਡਾਂ 'ਚੋਂ ਗੱਡੀਆਂ ਜਾਇਆ ਕਰਦੀਆਂ। ਉਹਦੇ ਵਿਰੋਧ 'ਚ ਜੇ ਕੋਈ ਆਪਣੇ MC ਨੇ ਇਹਦਾ ਵਿਰੋਧ ਕੀਤਾ ਤਾਂ ਉਲਟਾ ਉਹਨੂੰ ਥਾਣੇ ਲਿਆ ਕੇ ਨਾ ਜੀ ਉੱਥੇ ਬਿਠਾਇਆ। ਇਸ ਗੱਲ ਦਾ ਵਿਰੋਧ ਹੈ ਕਿ ਜੇ ਆਪਣਾ ਜਿਹੜੇ ਇਲੈਕਟਿਡ ਬੰਦੇ ਨੇ ਜਿਹੜੇ ਜਿੱਤੇ ਦੇ ਜਿਨ੍ਹਾਂ ਨੂੰ ਲੋਕਾਂ ਨੇ ਵੋਟਾਂ ਪਾ ਕੇ ਜਿਤਾਇਆ, ਜੇ ਉਹਨਾਂ ਨੂੰ ਥਾਣੇ ਬਿਠਾਉਣਾ ਤਾਂ ਫਿਰ ਆਪਾਂ ਇਹ ਗੱਡੀਆਂ ਚੱਲਣ ਕਿਉਂ ਦੇਣੀਆਂ? ਇੱਕ ਤਾਂ ਸਾਰੀਆਂ ਗੱਡੀਆਂ ਜਿਹੜੀਆਂ ਨੇ ਓਵਰਲੋਡ ਚੱਲਦੀਆਂ, ਮਤਲਬ 500-500 ਗੱਡੀ ਰੋਜ਼ ਦੀ ਰਾਤ ਇੱਥੋਂ ਨਿਕਲਦੀ ਹੈ। ਕੱਲ੍ਹ ਨੂੰ ਕੋਈ ਹਾਦਸਾ ਹੋ ਜੇ ਤਾਂ ਕੌਣ ਜ਼ਿੰਮੇਵਾਰ ਹੈ? ਜੇਕਰ ਵੈਸੇ ਵੀ ਇਹ ਲੀਗਲੀ ਬੰਦ ਹੈ ਸਭ। ਜੇਕਰ ਦੇਖਿਆ ਜਾਵੇ ਇੱਥੇ ਰੇਲਿੰਗ ਸੀਜ਼ਨ ਚੱਲ ਰਿਹਾ, ਪਰ ਉਹਦੇ ਵਿੱਚ ਵੀ ਮਾਈਨਿੰਗ ਦੜਾਦੜ ਪਠਾਨਕੋਟ 15 ਤਰੀਕ ਤੱਕ ਤਾਂ ਵੈਸੇ ਨਾ ਜੀ, ਅਗਲੇ ਮਹੀਨੇ ਦੀ 15 ਤੱਕ ਤਾਂ ਵੈਸੇ ਮਾਈਨਿੰਗ ਨਹੀਂ ਹੋਣੀ, ਲੇਕਿਨ ਉਹਦੇ ਬਾਅਦ ਉਹ ਲਗਾਤਾਰ ਮਾਈਨਿੰਗ ਹੋਏ ਕਰਦੀ ਹੈ। ਇੱਥੇ ਨਹੀਂ, ਮਤਲਬ ਹਰ ਜਗ੍ਹਾ ਹੋਏ ਕਰਦੀ ਹੈ। ਕਿਹਦੀ ਮਿਲੀ ਭੁਗਤ ਨਾਲ ਹੋ ਰਹੀ ਹੈ? ਇਹ ਤਾਂ ਮੰਤਰੀ ਦੀ ਮਿਲੀ ਭੁਗਤ ਨਾਲ ਹੋਏ ਕਰਦੀ ਹੈ, ਔਰ ਮੰਤਰੀ ਨੇ ਹੀ ਉਸ ਦਿਨ ਰਸਤਾ ਖਲਵਾਇਆ ਜਿਹੜਾ ਉੱਥੇ ਖਲਾਇਆ ਨਾ, ਜਿਹੜਾ ਰੇਲਵੇ ਵਾਲਾ ਬੇੜੀ ਵਾਲਾ ਕਰਕੇ, ਔਰ ਬਾਅਦ 'ਚੋਂ ਉਹ ਬੰਦ ਹੋਇਆ ਕਰਦਾ। ਆਪਾਂ ਇਹ ਇਨਸਾਫ ਮਿਲਣਾ ਚਾਹੀਦਾ। ਆਪਾਂ ਇਹ ਨਹੀਂ ਕਹਿੰਦੇ ਵੀ ਕਰੈਸ਼ ਇੰਡਸਟਰੀ ਬੰਦ ਹੋਣੀ ਚਾਹੀਦੀ, ਲੇਕਿਨ ਇਹ ਹੈ ਕੋਈ ਢੰਗ ਹੋਣਾ ਚਾਹੀਦਾ, ਉਹ ਬੈਠ ਕੇ ਉਹਦਾ ਹੱਲ ਕਰਨ ਵੀ ਠੀਕ ਹੈ ਜੀ, ਪਿੰਡਾਂ ਦੇ ਲੋਕਾਂ ਨੂੰ ਵੀ ਕੋਈ ਮੁਸ਼ਕਿਲ ਨਾ ਆਏ, ਔਰ ਨਾ ਹੀ ਕੋਈ ਆਪਣੇ MC ਤੋਂ ਕਿਸੇ ਨੂੰ ਕੋਈ ਤੰਗ ਕਰੇਗਾ। ਬਾਕੀ ਜਿਹੜੇ ਕੋਈ ਬਾਉਂਸਰ ਲਿਆ ਕੇ ਮਾਈਨਿੰਗ ਵਾਲੇ ਇੱਥੇ ਲਿਆਉਂਦੇ ਨਾ ਜੀ, ਆਪਾਂ ਉਹਨਾਂ ਦੇ ਬਾਉਂਸਰ ਵੀ ਦੇਖ ਲੈਣੇ, ਔਰ ਬਰਦਾਸ਼ਤ ਕਰਨਾ ਬੜਾ ਟਾਈਮ ਸੀ। ਇੱਕ 15-20 ਦਿਨ ਦਿੱਤੇ ਪੁਲਿਸ ਨੂੰ ਵੀ, SFC ਸਾਹਿਬ ਨੂੰ ਮਿਲੇ, ਸਾਰੇ MC ਸਾਹਿਬ, ਉਹਦੇ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ। ਆਪਾਂ ਚਾਹੁੰਦੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ, ਕੀ ਕਾਰਨ ਹੈ? ਇੱਕ ਤਾਂ ਅਸੀਂ ਅੱਜ ਭਾਰਤੀ ਜਨਤਾ ਪਾਰਟੀ ਵਾਲੇ ਪਾਸਿਓਂ ਦਿਨੇਸ਼ ਸਿੰਘ ਬੱਬੂ ਜੀ ਦੀ ਰਹਿਨਮਾਈ 'ਚ, ਸਾਡੇ ਮੰਡਲ ਦੇ ਪ੍ਰਧਾਨ ਰੂਪਲਾਲ ਜੀ ਉਹਨਾਂ ਰਹਿਨਮਾਈ ਦੇ ਵਿੱਚ ਧਰਨੇ ਦੇ ਉੱਪਰ ਬੈਠੇ ਹਾਂ। ਇੱਕ ਤਾਂ ਟੋਟਲੀ ਮਾਈਨਿੰਗ ਹੈ ਜਿਹੜੀ ਬੰਦ ਆ, ਬਰਸਾਤ ਦੇ ਸੀਜ਼ਨ ਕਰਕੇ ਟੋਟਲੀ ਬੰਦ ਆ, ਪਰ ਫਿਰ ਵੀ
ਹਜ਼ਾਰਾਂ ਤਾਦਾਦ ਦੇ ਵਿੱਚ ਇੱਥੋਂ ਜਿਹੜੇ ਟਰੱਕ ਰਾਤ ਲੰਘਦੇ ਨੇ ਲੀਗਲੀ ਤੌਰ ਦੇ ਉੱਪਰ। ਇਹ ਪੁਲ ਹੈ ਇੱਕ ਡੀ ਸੀ ਸਾਹਿਬ ਦੇ ਹੁਕਮ ਅਨੁਸਾਰ, ਉਸ ਪੁਲ ਦੇ ਉੱਪਰੋਂ ਹੈਵੀ ਵਾਹਨ ਨਹੀਂ ਗੁਜ਼ਰ ਸਕਦੇ, ਜਦਕਿ ਡੀ ਸੀ ਸਾਹਿਬ ਨੇ ਲਿਖ ਕੇ ਲਾਇਆ ਦਾ, ਪਰ ਫਿਰ ਵੀ ਉੱਥੋਂ ਗੁਜ਼ਰ ਦੇਣਾ ਪ੍ਰਸ਼ਾਸਨ ਦੇ ਮਿਲੀ ਭਗਤ ਨਾਲ। 14 ਤਰੀਕ ਨੂੰ ਸਾਡੇ ਇੱਥੇ ਪਿੰਡ ਗਗਰਾਂ ਤੋਂ ਸਾਡੇ ਭੈਣ ਜੀ ਐਮ ਸੀ ਨਾਲ ਉਹਨਾਂ ਦੇ ਘਰ ਵਾਲੇ ਹਸਬੈਂਡ ਲੋਕਾਂ ਦੀ ਰਹਿਨਮਾਈ ਕਰ ਰਹੀ। ਰਾਤ ਨੂੰ ਪੁਲਿਸ ਨਿਰਮਲ ਸਿੰਘ ਏ ਐੱਸ ਆਈ ਆਇਆ ਨਾਲ ਬਾਉਂਸਰ ਦੇ ਨਾਲ, ਕ੍ਰੈਸ਼ਰ ਵਾਲਿਆਂ ਨੇ ਆਣ ਕੇ ਉਸ ਐੱਮ ਸੀ ਦੇ ਹਸਬੈਂਡ ਨੂੰ ਜ਼ਬਰਦਸਤੀ ਉਹਨਾਂ ਨੂੰ ਉਹਦੀ ਦੁਕਾਨ ਤੋਂ ਉੱਪਰ ਚੁੱਕਿਆ, ਉਹ ਥਾਣੇ ਲੈ ਗਏ ਨਾ ਹਰਾਸ ਕੀਤਾ। ਉਹਦੇ ਬਾਅਦ ਅਸੀਂ ਐੱਸ ਐੱਸ ਪੀ ਸਾਹਿਬ ਨੂੰ ਮਿਲਿਆ, ਪਰ ਕੋਈ ਕਾਰ ਬਣਿਆ। ਅਸੀਂ ਚਾਹਾਂਗੇ ਜਿਸ ਥਾਣੇਦਾਰ ਨੇ ਇਲੈਕਟਰ ਪਰਸਨ ਦੀ ਬੇਇੱਜ਼ਤੀ ਕੀਤੀ ਆ ਉਹ ਕਮ ਸੇ ਕਮ ਸਸਪੈਂਡ ਹੋਵੇ, ਜਿਹੜੀ ਕਾਰਵਾਈ ਤੋਂ ਉੱਪਰ ਬਣਦੀ ਆ ਉਹ ਕੀਤੀ ਜਾਵੇ, ਉਹਦੀ ਮਾਈਨਿੰਗ ਹੈ ਉਹ ਸਾਡੇ ਇਲਾਕੇ ਵਿੱਚੋਂ ਬੰਦ ਹੋਵੇ। ਅੱਜ ਬਾਰੇ ਕੀ ਕਹਿਣਾ ਸਰ? 14 ਤਰੀਕ ਦੀ ਰਾਤ ਨੂੰ ਸਾਡੇ ਪਿੰਡ ਵਾਲਿਆਂ ਰੋਡ ਬੰਦ ਕੀਤੇ ਰਾਹੀਂ। ਇੱਥੋਂ ਕਾਫੀ ਓਵਰਲੋਡ ਟਰੱਕ ਜਾਂਦੇ ਆ, ਕਾਫੀ ਜ਼ਿਆਦਾ ਓਵਰਲੋਡ ਜਿਹੜੇ ਟਰੱਕ ਇੱਥੋਂ ਨਿਕਲਦੇ ਆ, ਜਿਸ ਕਾਰਨ ਸਾਡੇ ਪਿੰਡ ਵਾਲਿਆਂ ਰੋਡ ਬੰਦ ਕੀਤੇ ਰਾਹੀਂ, ਕਿਉਂਕਿ ਇਹ ਸਾਡਾ ਰੋਡ ਸਿਰਫ 30 ਟਨ ਤੱਕ ਪਾਸ ਹੈ। 30 ਟਨ ਤੱਕ ਪਾਸ ਆ, ਇੱਥੋਂ 100-100 ਟਨ ਲੋਕ ਟਰਾਲਿਆਂ ਦੇ ਲੈ ਕੇ ਲੰਘਦੇ ਆ, ਜਿਸ ਕਾਰਨ ਸਾਡੇ ਪਿੰਡ ਨੇ ਇਸ ਚੀਜ਼ ਦਾ ਵਿਰੋਧ ਕੀਤਾ ਆ, ਜਿਸ ਵਿਰੋਧ ਦੇ ਵਿੱਚ ਮੈਂ ਵੀ ਆ ਕੇ ਪਿੰਡ ਵਾਲਿਆਂ ਨੂੰ ਸ਼ਾਂਤ ਕਰਕੇ ਰਾਤੀ 11:30 ਸਾਰੇ ਪਿੰਡ ਵਾਲੇ ਘਰ ਨੂੰ ਭੇਜ ਦਿੱਤੇ ਆ। ਇਹਦੇ ਬਾਅਦ ਨਿਰਮਲ ਏ ਐੱਸ ਆਈ ਆਇਆ, ਨਿਰਮਲ ਏ ਐੱਸ ਆਈ ਨਾਲ ਉਹਨੇ 10-12 ਬਾਉਂਸਰ ਲੈ ਰਹੇ ਸੀ ਬਾਬਾ ਟਰਾਂਸਪੋਰਟ, ਬਾਬਾ ਟਰਾਂਸਪੋਰਟ ਜੀ ਨਾਲ 10-12 ਬਾਉਂਸਰ ਲੈ ਰਹੇ ਸੀ, ਜਿਹਨਾਂ ਕਾਫੀ ਉਹਨਾਂ ਮੇਰੇ ਨਾਲ ਬਦਤਮੀਜ਼ੀ ਕੀਤੀ ਹੈ। ਉਹਨਾਂ ਕਾਫੀ ਬਦਤਮੀਜ਼ੀ ਕੀਤੀ ਆ ਔਰ ਮੇਰੇ ਨਾਲ ਕਾਫੀ ਮਿਸਬਿਹੇਵ ਕੀਤਾ ਆ, ਔਰ ਧੱਕੇ ਨਾਲ ਬਾਉਂਸਰਾਂ ਸਮੇਤ ਉਹ ਜਿਹੜੇ 10-12 ਬਾਉਂਸਰੀ ਧੱਕੇ ਨਾਲ ਪੁਲਿਸ ਵਾਲਿਆਂ ਬਾਉਂਸਰਾਂ ਸਮੇਤ ਮੈਨੂੰ ਥਾਣੇ ਲੈ ਕੇ ਗਏ ਆ। ਅਤੇ ਜੇ ਪੰਜਾਬ ਪੁਲਿਸ ਨੇ ਬਾਉਂਸਰੀ ਰੱਖ ਕੇ ਇਹ ਕੰਮ ਕਰਨਾ, ਫਿਰ ਪੁਲਿਸ ਦਾ ਕੀ ਕੰਮ ਆ? ਪੁਲਿਸ ਦਾ ਤਾਂ ਫਿਰ ਕੋਈ ਕੰਮ ਨਹੀਂ ਰਹਿ ਗਿਆ, ਪੁਲਿਸ ਤਾਂ ਫਿਰ ਬਾਉਂਸਰੀ ਕੰਮ ਕਰਨਗੇ, ਪੁਲਿਸ ਕੋਈ ਨਹੀਂ ਕੰਮ ਕਰੇਗੀ। ਜੇ ਪੁਲਿਸ ਲੋਕਲ ਬੰਦਿਆਂ ਨੂੰ ਲੈ ਕੇ ਚਲੇਦੀ ਆ, ਇਹ ਕੰਮ ਧੱਕਾ ਕਰੇਗੀ ਲੋਕਾਂ ਨਾਲ, ਇੱਕ ਇਲੈਕਟਿਡ ਪਰਸਨ ਨਾਲ ਧੱਕਾ ਕਰੇਗੀ, ਤਾਂ ਆਮ ਜਨਤਾ ਨਾਲ ਕੀ ਕਰੇਗੀ? ਪ੍ਰਸ਼ਾਸਨ ਨੂੰ ਇਹੀ ਆ, ਨਿਰਮਲ ਸਿੰਘ ਏ ਐੱਸ ਆਈ ਨੂੰ ਵੱਧ ਤੋਂ ਵੱਧ ਉੱਥੇ ਪਰਚਾ ਕੀਤਾ ਜਾਏ, ਉਹਨੂੰ ਸਸਪੈਂਡ ਕੀਤਾ ਜਾਏ, ਅਸੀਂ ਤਾਂ ਹੀ ਕਰਨਾ।